सत श्रीकाल सर, मेरा नाम गुरिंदर सिंह है सर, ते मैं सर इंग्लिश सीखना चाहना सर। मेरे सारे दोस्त सर सारे नु कॉन्वेंट स्कूल च पढ़े सर, सारे नु इंग्लिश आती है, बट सर मैनू इंग्लिश नहीं आती। मैं इंग गल करते सर मैं बड़ी बेइज्जती बड़ी करते हैं, मैनू सर टांचा बहुत करते हैं सर, मैनू बड़ी बेइज्जती महसूस होंगी उदो। तो सर मेरा बाहर जाने का सुपना है सर, मैं अपने घरदार का सुपना साकार करना चाहना सर, तो मैं ਤੁਹਾਨੂੰ ਤੁਹਾਡੇ ਤੋਂ ਹੈਲਪ ਮੰਗਦਾ ਸਰ, ਤੁਹਾਡੇ ਤੋਂ ਮਦਦ ਮੰਗਦਾ ਸਰ। ਗੁਰਿੰਦਰ ਜੀ, ਤੁਸੀਂ ਸਟ੍ਰੈਸ ਲੈਣਾ ਬੰਦ ਕਰੋ। ਮੈਂ ਤੁਹਾਡੀ ਆਵਾਜ਼ ਤੋਂ ਇਹ ਪਕੜ ਪਾ ਰਿਹਾ ਸੀ ਕਿ ਤੁਸੀਂ ਬਹੁਤ ਜ਼ਿਆਦਾ ਸਟ੍ਰੈਸ ਲੈ ਲਿਆ ਹੈ। ਗੁਰਿੰਦਰ, ਇੰਗਲਿਸ਼ ਇੰਪੋਰਟੈਂਟ ਹੈ, ਸਮਝ ਰਹੇ ਹਾਂ, ਬਟ ਇਹ ਸਭ ਕੁਝ ਨਹੀਂ ਹੈ। ਇੰਗਲਿਸ਼ ਇਜ਼ ਇੰਪੋਰਟੈਂਟ ਬਟ ਨਾਟ ਐਵਰੀਥਿੰਗ। ਤੁਸੀਂ ਇਹ ਸਮਝੋ ਕਿ ਅਗਰ ਅਸੀਂ ਇਹ ਸਮਝਦੇ ਹਾਂ ਕਿ ਇੰਗਲਿਸ਼ ਵਗੈਰਾ ਆਪਾਂ ਸਕਸੈਸਫੁਲ ਨਹੀਂ ਹੋ ਸਕਦੇ, ਤਾਂ ਬਹੁਤ ਵੱਡੀ ਗਲਤੀ 'ਚੋਂ ਤੁਸੀਂ। ਮੈਂ ਇਹ ਸਮਝਦਾ ਕਿ ਇਹ ਸ਼ਾਰਟਕੱਟ ਹੈ, ਅੱਜ ਦੇ ਜ਼ਮਾਨੇ 'ਚ ਇੰਗਲਿਸ਼ ਨੂੰ ਆਉਣਾ ਜ਼ਰੂਰੀ ਹੈ, ਬਟ ਸਿਰਫ ਇਹਦੇ ਨਾਲ ਹੀ ਆਪਾਂ ਸਕਸੈਸਫੁਲ ਹੋ ਸਕਦੇ ਹਾਂ। ਜੋ ਮੈਂ ਤੁਹਾਡੀ ਆਵਾਜ਼ ਤੋਂ ਮਹਿਸੂਸ ਤੁਹਾਡਾ ਦਰਦ ਮਹਿਸੂਸ ਕਰ ਪਾ ਰਿਹਾ, ਤਾਂ ਗੁਰਿੰਦਰ ਬਹੁਤ ਰਸਤੇ ਹੈ, ਬਹੁਤ ਲੋਕ ਹੈ ਜਿਨ੍ਹਾਂ ਨੇ ਤਰੱਕੀ ਕੀਤੀ ਹੈ, ਜਿਨ੍ਹਾਂ ਨੂੰ ਇੰਨੀ ਲੋੜ ਇੰਗਲਿਸ਼ ਦੀ ਨਹੀਂ ਪਈ। ਤੁਸੀਂ ਸਭ ਤੋਂ ਪਹਿਲਾਂ ਕੰਮ ਕਰੋ, ਸਟ੍ਰੈਸ ਨੂੰ ਘਟਾਓ, ਸਟ੍ਰੈਸ ਲੈਵਲ ਨੂੰ ਘਟਾਓ। ਮੈਂ ਤੁਹਾਨੂੰ ਕੁਝ ਟਿਪਸ ਦਿੰਦਾ ਸਟ੍ਰੈਸ ਘਟਾਉਣ ਦੇ। ਨੰਬਰ ਇੱਕ, ਗੁਰਿੰਦਰ, ਤੁਸੀਂ ਆਪਣੇ ਆਪ ਦੇ ਉੱਪਰ ਕੁਝ ਕੰਮ ਕਰਨਾ ਸ਼ੁਰੂ ਕਰੋ। ਤੁਹਾਡੇ ਆਲੇ ਦੁਆਲੇ ਜਿਹੜੇ ਲੋਕ ਨੈਗੇਟਿਵਿਟੀ ਕ੍ਰੀਏਟ ਕਰ ਰਹੇ ਹੈ ਇੰਗਲਿਸ਼ ਨੂੰ ਲੈ ਕੇ ਕਿ ਤੁਹਾਨੂੰ ਨਹੀਂ ਆਉਂਦੀ, ਤੂੰ ਨਹੀਂ ਸਿੱਖ ਸਕਦਾ, ਇਹੋ ਜਿਹੀਆਂ ਗੱਲਾਂ ਤੋਂ ਆਪਣੇ ਆਪ ਨੂੰ ਗੁਰੇਜ਼ ਕਰੋ, ਥੋੜ੍ਹਾ ਜਿਹਾ ਸਾਈਡ 'ਤੇ ਕਰੋ। ਤੁਸੀਂ ਕੁਝ ਇਹੋ ਜਿਹੇ ਟਿਪਸ ਨੂੰ ਪਕੜਨ ਦੀ ਕੋਸ਼ਿਸ਼ ਕਰੋ ਜਿਹੜੇ ਤੁਹਾਨੂੰ 100% ਕੰਮ ਕਰਨਗੇ। ਗੁਰਿੰਦਰ, ਮੈਂ ਦਿਲੋਂ ਗੱਲ ਕਰਾਂਗਾ ਤੁਹਾਡੇ ਨਾਲ, ਮੈਂ ਕੁਝ ਐਜ਼ ਅ ਫਾਰਮਲ ਟੀਚਰ ਗੱਲ ਨਹੀਂ ਕਰ ਰਿਹਾ। ਮੈਂ ਸਮਝਦਾ ਵਾਂ ਮੇਰੀਆਂ ਕੁਝ ਇਹੋ ਜਿਹੀਆਂ ਗੱਲਾਂ ਜਿਹੜੀਆਂ ਕਿ ਮੈਂ ਖੁਦ 'ਤੇ ਐਕਸਪੀਰੀਅੰਸ ਕੀਤੀਆਂ ਤੁਹਾਡੇ ਲਈ ਵੀ ਕੰਮ ਕਰ ਸਕਦੀਆਂ। ਤਾਂ ਗੁਰਿੰਦਰ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਹੂੰਗਾ ਆਪਣਾ ਇੱਕ ਸੈਲਫ ਅਸੈਸਮੈਂਟ ਟੈਸਟ ਕਰੋ। ਹਰ ਇੱਕ ਬੰਦੇ ਦਾ ਅਲੱਗ ਅਲੱਗ ਲੈਵਲ ਹੈ। ਤੁਸੀਂ ਜਾਣਦੇ ਹੋ ਕੁਛ ਲੋਕ ਇੰਗਲਿਸ਼ ਸਮਝਦੇ ਬਹੁਤ ਵਧੀਆ ਹੈ, ਬੋਲ ਨਹੀਂ ਪਾਉਂਦੇ। ਕੁਛ ਲੋਕ ਇੰਗਲਿਸ਼ ਬੋਲ ਵੀ ਲੈਂਦੇ ਹੈ ਪਰ ਗ੍ਰਾਮਰ ਦੀ ਬੜੀ ਵੱਡੀ ਗਲਤੀ ਹੈ। ਕੁਛ ਲੋਕ ਗ੍ਰਾਮੈਟੀਕਲੀ ਆਪਣੇ ਐਰਰਸ ਨੂੰ ਠੀਕ ਕਰ ਲੈਂਦੇ ਹੈ ਬਟ ਉਹਨਾਂ ਦੀ ਪੰਕਚੁਏਸ਼ਨਸ, ਪ੍ਰੋਨੰਸੀਏਸ਼ਨਸ ਉਹੀ ਠੀਕ ਨਹੀਂ ਹੋ ਪਾਉਂਦੀਆਂ। ਇਹਦਾ ਮਤਲਬ ਅਲੱਗ ਅਲੱਗ ਪ੍ਰੋਬਲਮਸ ਹੈ। ਤੁਸੀਂ ਇੱਕ ਗੱਲ ਕੀਤੀ, ਮੈਂ ਸਰ ਮੈਨੂੰ ਇੰਗਲਿਸ਼ ਨਹੀਂ ਆਉਂਦੀ, ਤੁਸੀਂ ਮੈਨੂੰ ਆਹ ਨਹੀਂ ਕਿਹਾ ਕਿ ਸਰ ਮੈਨੂੰ ਆਹ ਵਾਲੀ ਚੀਜ਼ਾਂ ਨਹੀਂ ਆਉਂਦੀਆਂ। ਤੁਸੀਂ ਕੀ ਇੱਥੇ ਕਦੀ ਸੈਲਫ ਅਸੈਸਮੈਂਟ ਕਰ ਪਾਏ? ਮੈਂ ਚਾਹੁੰਦਾ ਤੁਸੀਂ ਸਭ ਤੋਂ ਪਹਿਲਾਂ ਕੰਮ ਕਰੋ ਗੁਰਿੰਦਰ, ਤੁਸੀਂ ਆਪਣੇ ਸੈਲਫ ਅਸੈਸਮੈਂਟ 'ਤੇ ਕੰਮ ਕਰੋ। ਦੇਖੋ ਮੈਂ ਕਿੱਥੇ ਕਮਜ਼ੋਰ ਹਾਂ। ਤੁਸੀਂ ਅਗਰ ABC ਦੇ ਲੈਵਲ ਤੋਂ ਵੀ ਸ਼ੁਰੂ ਕਰਨਾ ਪਵੇ ਤਾਂ ਘਬਰਾਉਣਾ ਨਹੀਂ ਹੈ। ਮੈਂ ਮੰਨਦਾ ਤੁਸੀਂ ਇਸ ਵੇਲੇ ਜਿੱਥੇ ਤੱਕ ਮੈਂ ਮਹਿਸੂਸ ਕਰ ਪਾ ਰਿਹਾ ਤੁਹਾਡੀ ਸ਼ਕਲ ਦੇਖ ਕੇ, ਤੁਸੀਂ +2 10th ਕੀਤੀ ਹੋਈ ਹੈ। ਪਰ ਤੁਸੀਂ ਅਗਰ ABC ਲੈਵਲ ਤੋਂ ਵੀ ਸ਼ੁਰੂ ਕਰਨਾ ਪਵੇ ਤਾਂ ਘਬਰਾਉਣਾ ਨਹੀਂ ਹੈ। ਤੁਸੀਂ ਇਸ ਗੱਲ ਨੂੰ ਮੰਨ ਕੇ ਚੱਲਣਾ ਹੈ ਕਿ ਸਰ ਆਹ ਚੀਜ਼ਾਂ ਮੈਨੂੰ ਆਉਂਦੀਆਂ ਵੈ, ਕਿਉਂਕਿ ਤੁਹਾਡੇ ਤੋਂ ਥੱਲੇ ਵੀ ਬਥੇਰੇ ਲੋਕ ਬੈਠੇ ਜਿਹਨਾਂ ਨੂੰ ਉਹ ਵੀ ਨਹੀਂ ਆਉਂਦੀਆਂ। ਤੁਸੀਂ ਆਖੋ ਸਰ ਮੈਨੂੰ ਆਹ ਵਰਡਸ ਆਉਂਦੇ ਹੈ, ਮੈਂ ਪੜ੍ਹ ਲੈਂਦਾ, ਮੈਂ ਸਮਝ ਵੀ ਲੈਂਦਾ, ਮੈਨੂੰ ਲਾਈਨਾਂ ਬਣਾਉਣ 'ਚ ਵੀ ਥੋੜ੍ਹੀ ਜਿਹੀ ਦਿੱਕਤ ਆਉਂਦੀ ਪਰ ਬਹੁਤ ਸੋਹਣੀ ਬਣਾ ਲੈਂਦਾ ਵੈਂ, ਮੈਨੂੰ ਪੈਰਾਗ੍ਰਾਫ ਬਣਾਉਣ 'ਚ, ਲੈਂਥ ਬਣਾਉਣ 'ਚ ਦਿੱਕਤ ਆਉਂਦੀ ਹੈ, ਮੈਨੂੰ ਵਰਡ ਜੋੜਨ 'ਚ ਦਿੱਕਤ ਆਉਂਦੀ ਹੈ, ਮੈਂ ਲਿਖ ਤਾਂ ਬਹੁਤ ਸੋਹਣਾ ਲੈਂਦਾ ਪਰ ਮੈਂ ਬੋਲ ਨਹੀਂ ਪਾਉਂਦਾ। ਤੁਹਾਨੂੰ ਆਪਣੇ ਆਪ ਨੂੰ ਐਨਾਲਿਸਿਸ ਕਰਨਾ ਪਵੇਗਾ। ਇਹਨੂੰ ਮੈਂ ਕਹਾਂਗਾ ਸੈਲਫ ਅਸੈਸਮੈਂਟ ਟੈਸਟ। ਗੁਰਿੰਦਰ, ਵਿੱਚ ਬੱਚਾ ਵੀ ਬਣਨਾ ਪਵੇ ਨਾ, ਅਗਰ ਕੈਦਾ ਵੀ ਫੜਨਾ ਪਵੇ ਜਾਂ ਪਹਿਲੀ ਕਲਾਸ ਦੀ ਕਿਤਾਬ ਵੀ ਫੜਨੀ ਪਵੇ ਤਾਂ ਘਬਰਾਉਣ ਦੀ ਲੋੜ ਨਹੀਂ ਹੈ, ਬਿਲਕੁਲ ਐਕਟਿਵ ਹੋ ਕੇ ਸਿੱਖੋ। ਗੁਰਿੰਦਰ, ਜੇ ਮੈਂ ਚਾਈਨਾ ਜਾ ਕੇ ਚਾਈਨੀਜ਼ ਸਿੱਖਣੀ ਪਵੇ ਨਾ, ਮੈਨੂੰ ਉੱਥੇ ਜਾ ਕੇ ਵੀ ਉਹਨਾਂ ਦਾ ਊੜਾ ਐੜਾ ਦੇ ਐਲਫਾਬੈਟ ਸਿੱਖਣੇ ਪੈਣੇ ਆ। ਕੋਈ ਵੀ ਲੈਂਗੁਏਜ ਸਿੱਖਣੀ ਹੈ ਤਾਂ ਘਬਰਾਉਣ ਦੀ ਕੀ ਲੋੜ ਹੈ? ਮੈਂ ਚਾਹੁੰਦਾ ਕਿ ਇਸ ਚੀਜ਼ ਨੂੰ ਅਡੋਪਟ ਕਰੋ ਔਰ ਇਗਨੋਰ ਕਰੋ ਕਿ ਲੋਕ ਤੁਹਾਡੇ ਬਾਰੇ ਉਸ ਵੇਲੇ ਕੀ ਕਹਿੰਦੇ ਆ। ਲੋਕ ਮਜ਼ਾਕ ਉਡਾਉਣਗੇ, ਆਹ ਕੀ ਲੈਵਲ ਹੈ, ਆਹ ਤੂੰ ਕਿਹੜਾ ਕੈਦਾ ਫੜੀ ਬੈਠਾ ਹੈ, ਆਹ ਕਿਹੜੀ ਚੀਜ਼ ਤੋਂ ਸ਼ੁਰੂਆਤ ਕਰ ਲਈ। ਨਾ ਨਾ ਨਾ, ਆਪਣਾ ਲੈਵਲ ਐਨਾਲਿਸਿਸ ਕਰ ਲਿਆ, ਉਸ ਲੈਵਲ ਦੀਆਂ ਕਿਤਾਬਾਂ ਲੈ ਕੇ ਆਓ ਬਾਜ਼ਾਰੋਂ ਜਾਂ ਦੋਸਤਾਂ ਕੋਲੋਂ, ਪਰ ਸ਼ੁਰੂ ਕਰੋ ਉੱਥੋਂ ਜਿੱਥੋਂ ਰੂਟੀਨ 'ਚ ਸ਼ੁਰੂ ਕਰਨ ਦੀ ਲੋੜ ਹੈ। ਹਵਾਵਾਂ 'ਚ ਤੀਰ ਨਾ ਮਾਰੋ। ਨੰਬਰ ਅਗਲੀ ਇਹ ਗੱਲ ਕਰਾਂਗਾ, ਹੁਣ ਤੁਸੀਂ ਪਹਿਲਾ ਕੰਮ ਕਰ ਲਿਆ, ਤੁਸੀਂ ਸੈਲਫ ਅਸੈਸਮੈਂਟ ਟੈਸਟ 'ਚ ਜਾ ਕੇ ਦੇਖ ਲਿਆ ਕਿ ਮੇਰੀ ਆਹ ਵਾਲੀ ਪ੍ਰੋਬਲਮਸ ਮੈਂ ਐਨਾਲਿਸਿਸ ਕਰ ਲਈਆਂ। ਗੁਰਿੰਦਰ, ਇਹਦਾ ਸੋਲੂਸ਼ਨ ਵੀ ਚਾਹੀਦਾ? ਹਾਂ, ਮੈਂ ਚਾਹੁੰਦਾ ਤੁਸੀਂ ਇਹਦਾ ਪਹਿਲਾ ਕੰਮ ਇਹ ਕਰੋ, ਤੁਸੀਂ ਹੁਣ ਰਿਸੋਰਸਿਸ ਲੱਭੋ।
ਰਿਸੋਰਸਿਸ ਕਿੱਥੋਂ ਮਿਲ ਸਕਦੇ ਹੈ? ਜੇ ਤਾਂ ਆਲੇ ਦੁਆਲੇ ਕੋਈ ਟੀਚਰ ਹੈ ਜਿਹੜਾ ਤੁਹਾਨੂੰ ਸਿਖਾ ਸਕੇ ਤਾਂ ਬਹੁਤ ਵਧੀਆ ਗੱਲ, ਨਹੀਂ ਤਾਂ ਅੱਜ ਕੱਲ੍ਹ ਦੇ ਜ਼ਮਾਨੇ 'ਚ ਆਪਣੇ ਕੋਲ ਬਹੁਤ ਰਿਸੋਰਸਿਸ ਹੈ। ਸਭ ਤੋਂ ਪਹਿਲਾਂ ਤੁਸੀਂ ਕਿਤਾਬਾਂ ਲੈ ਸਕਦੇ ਹੋ ਮਾਰਕੀਟ 'ਚੋਂ, ਇੰਨੀਆਂ ਬੁੱਕਸ ਅਵੇਲੇਬਲ ਹੈ, ਤੁਸੀਂ ਕੋਈ ਵੀ ਬੁੱਕਸ ਲੈ ਕੇ ਉਹਨਾਂ ਬੁੱਕਸ ਨਾਲ ਸਟੱਡੀ ਸ਼ੁਰੂ ਕਰ ਸਕਦੇ ਹੋ। ਔਨਲਾਈਨ ਚੈਨਲਸ, ਯੂਟਿਊਬ ਚੈਨਲਸ, ਇੰਨੇ ਕੁ ਲੋਕ ਹੈਗੇ ਤੁਹਾਡੇ ਕੋਲ ਐਕਸਪਰਟਸ ਲੈਵਲ ਦੇ ਜਿਹੜੇ ਤੁਹਾਨੂੰ ਔਨਲਾਈਨ ਸਿਖਾ ਸਕਦੇ ਹੈ। ਮੈਂ ਡਿਸਕ੍ਰਿਪਸ਼ਨ ਬਾਕਸ 'ਚ ਕੁਛ ਇਹੋ ਜਿਹੇ ਵੀ ਚੀਜ਼ਾਂ ਪਾਵਾਂਗਾ, ਇਹੋ ਜਿਹੇ ਲਿੰਕਸ ਪਾਵਾਂਗਾ ਜਿਹੜੇ ਕਿ ਤੁਸੀਂ ਆਪਣੀ ਉਹ ਵੈਬਸਾਈਟਸ ਨੂੰ ਖੋਲ੍ਹ ਕੇ ਖੁਦ ਦੇਖ ਸਕਦੇ ਹੋ ਕਿ ਇਹਨਾਂ ਤੋਂ ਸਿੱਖਣਾ ਕਿੰਨਾ ਆਸਾਨ ਹੈ ਔਰ ਫ੍ਰੀ ਆਫ ਕੋਸਟ। ਸਮਝ ਪਾ ਰਹੇ ਹੋ ਮੇਰੀ ਗੱਲ? ਤਾਂ ਇਟ ਇਜ਼ ਇੰਪੋਰਟੈਂਟ ਐਨਾਲਿਸਿਸ ਕਰਨ ਤੋਂ ਬਾਅਦ ਉਸ ਪਰਟੀਕੁਲਰ ਚੀਜ਼ 'ਤੇ ਕੰਮ ਕਰਨਾ ਸ਼ੁਰੂ ਕਰਨਾ ਹੈ। ਉੱਚਲੇ ਲੈਵਲ ਤੋਂ ਜਾਂ ਨੀਚਲੇ ਲੈਵਲ ਤੋਂ ਨਹੀਂ ਕਰਨਾ, ਉੱਥੋਂ ਜਿੱਥੇ ਲੋੜ ਹੈ। ਜਿਹੜੀ ਬਿਮਾਰੀ ਆਪਾਂ ਮਹਿਸੂਸ ਕੀਤੀ ਉਹਦੀ ਦਵਾਈ ਖਾਵਾਂਗੇ ਨਾ, ਕਿ ਜਿਹੜੀ ਮਰਜ਼ੀ ਦਵਾਈ ਅੱਛਾ ਆਪਾਂ ਖਾ ਲਾਂਗੇ। ਸਮਝ ਪਾ ਰਹੇ ਹੋ ਨਾ ਮੇਰੀ ਗੱਲ? ਹੁਣ ਇਹਨੂੰ ਸਮਝੋ। ਅੱਗੇ ਕੀ ਹੈ ਜੀ, ਹੁਣ ਤੁਸੀਂ ਤੀਜਾ ਸਟੈਪ ਕਰਨਾ ਵੈ। ਆਪਾਂ ਪਹਿਲਾ ਕੰਮ ਕੀਤਾ, ਗਲਤੀ ਲੱਭੀ, ਦੂਜਾ ਕੰਮ ਕੀਤਾ, ਹੁਣ ਗਲਤੀ ਦੇ ਸੋਲਿਊਸ਼ਨ ਕਿੱਥੋਂ ਮਿਲ ਸਕਦੇ ਆਪਾਂ ਉਹ ਵੀ ਲੱਭ ਲਿਆ। ਤੀਜਾ ਕੰਮ ਵੈਰੀ ਇੰਪੋਰਟੈਂਟ, ਆਈਡੈਂਟੀਫਾਈ ਯੂਅਰ ਲਰਨਿੰਗ ਸਟਾਈਲ। ਗੁਰਿੰਦਰ, ਹਰ ਬੰਦੇ ਦਾ ਸਿੱਖਣ ਦਾ ਤਰੀਕਾ ਆਪਣਾ ਹੁੰਦਾ ਹੈ। ਕੁਛ ਲੋਕ ਪੜ੍ਹ ਕੇ ਆਸਾਨੀ ਨਾਲ ਯਾਦ ਕਰ ਲੈਂਦੇ ਹੈ, ਕੁਛ ਲੋਕ ਲਿਖ ਕੇ ਆਸਾਨੀ ਨਾਲ ਯਾਦ ਕਰ ਲੈਂਦੇ ਹੈ, ਕੁਛ ਲੋਕ ਸੁਣ ਕੇ ਆਸਾਨੀ ਨਾਲ ਯਾਦ ਕਰ ਲੈਂਦੇ ਹੈ, ਕੁਛ ਲੋਕ ਕਿਸੇ ਕੋਲ ਸੁਣ ਕੇ ਆਸਾਨੀ ਨਾਲ ਯਾਦ ਕਰ ਲੈਂਦੇ ਹੈ, ਕੁਛ ਲੋਕ ਵੀਡੀਓ ਦੇਖ ਕੇ ਬੜੀ ਆਸਾਨੀ ਨਾਲ ਯਾਦ ਕਰ ਲੈਂਦੇ ਹੈ। ਤੁਹਾਨੂੰ ਅਲੱਗ ਅਲੱਗ ਤਰੀਕੇ ਮਿਲਣਗੇ, ਤੁਸੀਂ ਆਪਣੇ ਲਈ ਆਈਡੈਂਟੀਫਾਈ ਕਰੋ ਮੈਨੂੰ ਕਿਹੜਾ ਤਰੀਕਾ ਜ਼ਿਆਦਾ ਵਧੀਆ ਕਾਰਗਰ ਹੁੰਦਾ ਹੈ, ਜਿਸ 'ਚ ਮੈਂ ਵਧੀਆ ਕੰਮ ਕਰ ਸਕਦਾ। ਮੈਂ ਆਪਣੇ ਲਈ ਜਦੋਂ ਆਪਣੀ ਸਟੱਡੀ ਕਰਦਾ ਸੀ, ਮੈਂ ਆਪਣੀ ਆਵਾਜ਼ ਨੂੰ ਖੁਦ ਰਿਕਾਰਡ ਕਰਦਾ ਸੀ ਆਪਣੇ ਕੁਐਸਚਨਸ ਦੇ ਵਿੱਚ। ਬਾਅਦ 'ਚ ਮੈਂ ਆਪਣੀ ਰਿਕਾਰਡਿੰਗ ਖੁਦ ਸੁਣਦਾ ਸੀ, ਹੈੱਡਫੋਨ ਲਾ ਕੇ, ਤਾਂ ਮੈਨੂੰ ਐਂ ਯਾਦ ਹੁੰਦਾ ਸੀ ਜਿਵੇਂ ਕੋਈ ਔਖਾ ਹੀ ਨਹੀਂ ਹੁੰਦਾ ਕੁਛ। ਤੁਹਾਨੂੰ ਸੁਣਨ ਦਾ ਕੰਮ ਵਧੀਆ ਲੱਗਦਾ ਹੈ ਤਾਂ ਗੋਆਨ, ਤੁਹਾਨੂੰ ਲਿਖਣ ਦਾ ਕੰਮ ਵਧੀਆ ਲੱਗਦਾ ਹੈ, ਬਾਰ 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 ਲਿਖ ਕੇ ਬੜਾ ਸੋਹਣਾ ਯਾਦ ਹੋ ਜਾਂਦਾ, ਤੁਸੀਂ ਉੱਦਾਂ ਕਰੋ। ਜਾਂ ਕਿਸੇ ਨੂੰ ਕਹੋ ਮੇਰੇ ਕੋਲ ਸੁਣ ਬਾਰ ਬਾਰ, ਇੱਦਾਂ ਕਰ ਲਓ। ਕਈਆਂ ਨੂੰ ਮਿਊਜ਼ਿਕ ਨਾਲ ਪੜ੍ਹਨਾ ਸੋਹਣਾ ਲੱਗਦਾ, ਕਿਸੇ ਨੂੰ ਮਿਊਜ਼ਿਕ ਬਗੈਰ ਸੋਹਣਾ ਲੱਗਦਾ। ਆਈਡੈਂਟੀਫਾਈ ਯੂਅਰ ਲਰਨਿੰਗ ਸਟਾਈਲ, ਤੁਹਾਨੂੰ ਕਿਹੜੇ ਸਟਾਈਲ ਨਾਲ ਆਸਾਨੀ ਨਾਲ ਚੀਜ਼ਾਂ ਯਾਦ ਹੋ ਜਾਂਦੀਆਂ। ਧਿਆਨ ਨਾਲ ਇਹ ਤੀਜਾ ਸਟੈਪ ਫੜਿਓ ਮੇਰਾ। ਅੱਗੇ ਮੈਂ ਜਾਣਾ ਚਾਹੁੰਦਾ ਜੀ, ਸਟਾਰਟ ਵਿਦ ਯੂ ਵਟ ਯੂ ਹੈਵ ਆਲਰੇਡੀ, ਈਵਨ ਇਟਸ ਗੁੱਡ ਐਜ ਕੰਪੇਅਰ ਟੂ ਨੋਟ ਟੂ ਅਦਰਸ। ਤੁਸੀਂ ਉੱਥੋਂ ਸ਼ੁਰੂਆਤ ਕਰੋ ਜਿੱਥੋਂ ਤੁਹਾਨੂੰ ਲੋੜ ਹੈ ਸ਼ੁਰੂਆਤ ਕਰਨ ਦੀ। ਜੋ ਤੁਹਾਡੇ ਕੋਲ ਆਲਰੇਡੀ ਹੈ, ਜੋ ਤੁਹਾਡੇ ਕੋਲ ਆਲਰੇਡੀ ਹੈ, ਤੁਸੀਂ ਉਹਦੇ ਨਾਲ ਆਪਣੇ ਆਪ ਨੂੰ ਸ਼ੁਰੂਆਤ ਕਰਨਾ ਸ਼ੁਰੂ ਕਰੋ। ਯੂ ਵਿਲ ਨੋਟ ਗੋ ਵਿਦ ਕਿ ਮੈਂ ਇਹ ਚੀਜ਼ਾਂ ਸਿੱਖ ਲਵਾਂਗਾ ਤਾਂ ਬੋਲਾਂਗਾ, ਨਹੀਂ, ਇਹ ਗਲਤੀ ਹੈ। ਜੋ ਹੈਗਾ ਸ਼ੁਰੂਆਤ ਕਰੋ। ਤੁਸੀਂ ਲਿਖਣ 'ਚ ਬਹੁਤ ਵਧੀਆ ਹੋ, ਹੋਰ ਲਿਖਣਾ ਸ਼ੁਰੂ ਕਰ ਦਿਓ। ਤੁਸੀਂ ਸਪੀਕਿੰਗ ਬਹੁਤ ਵਧੀਆ ਕਰ ਰਹੇ ਹੋ, ਰੋਜ਼ ਦੀ ਪ੍ਰੈਕਟਿਸ ਆਫ ਸਪੀਕਿੰਗ ਸਟਾਰਟ ਕਰ ਦਿਓ। ਤੁਸੀਂ ਵਰਡਸ ਬਹੁਤ ਸੋਹਣੇ ਬਣਾ ਲੈਂਦੇ ਹੋ, ਲੈਟ ਯੂ ਸਟਾਰਟ ਵਿਦ ਦ ਵਰਡਸ, ਕੰਟੀਨਿਊ ਕਰੋ ਵਰਡਸ ਦੇ ਨਾਲ। ਜੋ ਕੁਛ ਵੀ ਹੈ ਉਹਨੂੰ ਐਕਸਪਲੋਰ ਕਰਨਾ ਸ਼ੁਰੂ ਕਰ ਦਿਓ, ਲੈਟ ਯੂ ਸਟਾਰਟ ਐਕਸਪਲੋਰਿੰਗ ਵਿਦ ਆਲ ਐਂਡ ਡੋਂਟ ਫੀਲ ਸ਼ਾਇ। ਵਟ ਆਈ ਫੀਲ, ਅਗਰ ਆਪਾਂ ਪ੍ਰੈਕਟਿਸ ਕਰਾਂਗੇ ਤਾਂ ਹੀ ਆਪਾਂ ਉਸ ਕੰਮ 'ਤੇ ਅੱਗੇ ਵੱਧ ਸਕਦੇ ਹਾਂ। ਤਾਂ ਆਪਣੇ ਆਪ ਨੂੰ ਐਕਸਪਲੋਰ ਕਰਨਾ ਸ਼ੁਰੂ ਕਰੋ। ਜੇ ਵੇਟ ਕਰੋਗੇ ਕਿ ਇੱਕ ਦਿਨ ਆਏਗਾ ਮੈਂ ਬਹੁਤ ਵਧੀਆ ਇੰਗਲਿਸ਼ ਸਿੱਖ ਲਵਾਂਗਾ ਤਾਂ ਮੈਂ ਬੋਲਾਂਗਾ, ਤਾਂ ਗੁਰਿੰਦਰ ਆਈ ਐਮ ਵੈਰੀ ਸੋਰੀ, ਉਹ ਦਿਨ ਕਦੀ ਨਹੀਂ ਆਉਣਾ। ਜਾਂ ਤਾਂ ਅੱਜ, ਹੁਣੇ, ਜਾਂ ਕਦੀ ਵੀ ਨਹੀਂ। ਕਿਉਂਕਿ ਇੰਗਲਿਸ਼ ਬੋਲਣ ਲਈ ਪ੍ਰੈਕਟਿਸ ਦੀ ਲੋੜ ਹੈ, ਔਰ ਹਰ ਬੱਚਾ ਪਹਿਲੇ ਥਥਲਾ ਕੇ ਹੀ ਬੋਲਦਾ ਹੈ। ਤੁਸੀਂ ਉਹ ਦਿਨ ਕਦੀ ਨਹੀਂ ਦੇਖਿਆ ਹੋਣਾ ਕਿ ਬੱਚਾ 7 ਸਾਲ ਬਾਅਦ ਇੱਕੋ ਵਾਰੀ ਬਹੁਤ ਵਧੀਆ ਇੰਗਲਿਸ਼ ਜਾਂ ਬਹੁਤ ਵਧੀਆ ਹਿੰਦੀ ਬੋਲਦਾ ਪਿਆ। ਹਰ ਬੱਚਾ ਪਹਿਲੇ ਤੁਤਲਾ ਕੇ ਹੀ ਬੋਲਦਾ ਹੈ। ਤੁਹਾਨੂੰ ਵੀ ਇੰਗਲਿਸ਼ ਇੱਦਾਂ ਹੀ ਸ਼ੁਰੂ ਕਰਨੀ ਪੈਣੀ ਹੈ, ਕਦੀ ਕੱਚੀ ਪੱਕੀ, ਕਦੀ ਗਲਤ ਮਲਤ, ਕਦੀ ਸਹੀ ਸ਼ੁਰੂਆਤ ਕਰੋ, ਸ਼ਰਮਾਉਣਾ ਬੰਦ ਕਰੋ। ਇਮਪਰਫੈਕਸ਼ਨ ਨਾਲ ਆਪਣੀ ਦੋਸਤੀ ਕਰ ਲਓ। ਇਮਪਰਫੈਕਸ਼ਨ, ਤੁਸੀਂ ਕੀ ਸਮਝਦੇ ਹੋ? ਜੇ ਆਪਾਂ ਇਮਪਰਫੈਕਸ਼ਨ ਹੋਵਾਂਗੇ ਤਾਂ ਨਹੀਂ ਬੋਲ ਪਾਵਾਂਗੇ, ਗਲਤ ਬੋਲਾਂਗੇ, ਲੋਕ ਮਜ਼ਾਕ ਉਡਾਣਗੇ, ਨਾ 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 ਨਾ। ਤੁਸੀਂ ਇਹ ਸਮਝੋ, ਇਮਪਰਫੈਕਸ਼ਨ ਨਾਲ ਆਪਣੀ ਦੋਸਤੀ ਕਰੋ ਕਿ ਮੈਂ ਇਮਪਰਫੈਕਟ ਹਾਂ ਪਰ ਮੈਂ ਪਰਫੈਕਟ ਹੋਣਾ ਵੈ, ਇਸ ਕਰਕੇ ਮੈਂ ਇਮਪਰਫੈਕਟ ਤੋਂ ਹੀ ਸਟਾਰਟ ਕਰਾਂਗਾ। ਚੜ੍ਹਾਈ ਚੜ੍ਹਨੀ ਹੋਵੇ ਤਾਂ ਮਿਸ਼ਨ ਨੀਚੋਂ ਸ਼ੁਰੂਆਤ ਹੁੰਦੀ ਹੈ ਨਾ, ਸ਼ੁਰੂਆਤ ਕਰੋ, ਇੱਕ ਦਿਨ ਪਹੁੰਚੋਗੇ ਉੱਥੇ। ਮਾਈ ਨੈਕਸਟ ਪੁਆਇੰਟ ਇਜ਼ ਵੈਰੀ ਇੰਪੋਰਟੈਂਟ, ਸਟੋਪ ਡੂਇੰਗ ਰੱਟਾਫਿਕੇਸ਼ਨਸ। ਕ੍ਰੈਮਿੰਗ ਕਰਨੀ ਬੰਦ ਕਰ ਦਿਓ। ਕ੍ਰੈਮਿੰਗ ਕਰਨੀ ਸਿੱਖਣ ਲਈ ਵਧੀਆ ਵੈ, ਬੋਲਣ ਲਈ ਬਿਲਕੁਲ ਨਹੀਂ ਵਧੀਆ। ਗੁਰਿੰਦਰ, ਜੇ ਤੁਸੀਂ ਕਿਤੇ ਚੀਜ਼ਾਂ ਨੂੰ ਜੋ ਆਪਾਂ ਆਮ ਤੌਰ 'ਤੇ ਸਕੂਲਾਂ ਕਾਲਜਾਂ 'ਚ ਕਰਦੇ ਆ ਰਹੇ ਹਾਂ, ਅਸੀਂ ਰੱਟੇ ਲਾ ਲਾ ਕੇ ਕੁਐਸਚਨਾਂ ਨੂੰ ਬੋਲ ਦਿੰਦੇ ਹਾਂ, ਇਹ ਗਲਤ ਹੈ। ਕਾਰਨ ਇੰਗਲਿਸ਼ ਸਪੀਕਿੰਗ ਬੋਲਣ ਦਾ ਨਾਮ ਹੈ, ਇਹਦੇ 'ਚ
ਬੋਲਣ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਵਟ ਯੂ ਆਰ ਸਪੀਕਿੰਗ ਨਹੀਂ ਹੈ, ਹਾਓ ਯੂ ਆਰ ਸਪੀਕਿੰਗ ਹੈ। ਤੁਸੀਂ ਕਿੱਦਾਂ ਬੋਲ ਰਹੇ ਹੋ ਇਹ ਜ਼ਿਆਦਾ ਇੰਪੋਰਟੈਂਟ ਹੈ। ਹਾਓ ਯੂ ਆਰ ਸਪੀਕਿੰਗ, ਤੁਹਾਡੀ ਬੋਡੀ ਲੈਂਗੁਏਜ ਕੀ ਹੈ, ਤੁਹਾਡੇ ਐਕਸਪ੍ਰੈਸ਼ਨ ਕੀ ਹੈ, ਤੁਹਾਡੇ ਐਟੀਟਿਊਡ ਕੀ ਹੈ ਬੋਲਣ ਦਾ, ਤੁਹਾਡੀ ਆਈ ਕੰਟੈਕਟ ਕੀ ਹੈ, ਤੁਹਾਡਾ ਮੱਥਾ ਕਿੱਦਾਂ ਵੈ, ਇਹ ਸਭ ਚੀਜ਼ਾਂ ਤਾਂ ਹੀ ਆਉਣਗੀਆਂ ਜੇ ਰੱਟਾ ਨਹੀਂ ਲਾਓਗੇ, ਦਿਲੋਂ ਬੋਲੋਗੇ। ਤੁਸੀਂ ਉੱਪਰ ਦੇਖ ਦੇਖ ਕੇ ਬੋਲ ਰਹੇ ਹੋ, ਯਾਦ ਕਰ ਕਰਕੇ ਬੋਲ ਰਹੇ ਹੋ, ਤੁਸੀਂ ਉਹ ਐਕਸਪ੍ਰੈਸ਼ਨ ਦੇ ਹੀ ਨਹੀਂ ਪਾਓਗੇ ਜੋ ਨੈਚੁਰਲ ਐਕਸਪ੍ਰੈਸ਼ਨ ਆ ਸਕਦੇ ਹੈ। ਆਈ ਹੋਪ ਤੁਹਾਨੂੰ ਮੇਰੀ ਗੱਲ ਸਮਝ ਆ ਰਹੀ ਹੈ। ਗੁਰਿੰਦਰ, ਗੁੱਡ। ਵਟ ਆਈ ਫੀਲ, ਸਟਾਰਟ ਥਿੰਕਿੰਗ ਇਨ ਇੰਗਲਿਸ਼ ਇਜ਼ ਅ ਨੈਕਸਟ ਸਟੈਪ। ਅਗਲਾ ਸਟੈਪ ਕੀ ਤੁਹਾਡੇ ਵਾਸਤੇ? ਸਟਾਰਟ ਥਿੰਕਿੰਗ ਇਨ ਇੰਗਲਿਸ਼। ਤੁਸੀਂ ਆਪਣੇ ਅੰਦਰ ਇੱਕ ਦੋਸਤ ਪੈਦਾ ਕਰੋ, ਆਪਣੇ ਹੀ ਅੰਦਰ ਇੱਕ ਦੋਸਤ ਪੈਦਾ ਕਰੋ। ਕਿਉਂ ਆਪਾਂ ਦੂਜੇ ਤੇ ਡਿਪੈਂਡ ਹੁੰਦੇ ਹਾਂ? ਐਵਰੀ ਲਾਈਨ ਯੂ ਆਰ ਥਿੰਕਿੰਗ ਇਨ ਯੂਅਰ ਮਾਇੰਡ ਥਿੰਕ ਇਨ ਇੰਗਲਿਸ਼। ਤੁਸੀਂ ਅਗਰ ਚਾਹੋ ਤਾਂ ਹਰ ਲਾਈਨ ਨੂੰ ਰਿਪੀਟ ਕਰਨਾ ਸ਼ੁਰੂ ਕਰੋ। ਪਹਿਲੇ ਮੈਂ ਜਾਣਾ ਹੈ, ਆਈ ਹੈਵ ਟੂ ਗੋ, ਮੈਂ ਬਹੁਤ ਲੇਟ ਹਾਂ, ਆਈ ਐਮ ਵੈਰੀ ਲੇਟ, ਮੈਨੂੰ ਇਹ ਖਾਣਾ ਹੈ, ਆਈ ਵਾਂਟ ਟੂ ਈਟ ਦਿਸ। ਹਰ ਗੱਲ ਪਹਿਲੇ ਹਿੰਦੀ ਜਾਂ ਪੰਜਾਬੀ ਜਿਸ 'ਚ ਬੋਲਦੇ ਆ ਰਹੇ ਹੋ, ਡਬਲ ਕਰ ਦਿਓ ਇਸ ਨੂੰ, ਲੈਟ ਯੂ ਕਨਵਰਟ ਦਿਸ ਟੂ ਟਾਕ ਇਨ ਇੰਗਲਿਸ਼ ਅਗੇਨ। ਹਰ ਗੱਲ ਮੰਚ ਜੋ ਚੱਲ ਰਹੀ ਹੈ, ਹਿੰਦੀ ਇੰਗਲਿਸ਼, ਹਿੰਦੀ ਇੰਗਲਿਸ਼, ਪੰਜਾਬੀ ਇੰਗਲਿਸ਼, ਹਿੰਦੀ ਇੰਗਲਿਸ਼, ਪੰਜਾਬੀ ਇੰਗਲਿਸ਼, ਲੈਟ ਯੂ ਕਨਵਰਟ ਦਿਸ ਆਲ। ਹੌਲੀ ਹੌਲੀ ਤੁਸੀਂ ਮਹਿਸੂਸ ਕਰੋਗੇ ਉਹ ਹਿੰਦੀ ਪੰਜਾਬੀ ਘਟਦੀ ਜਾ ਰਹੀ ਹੈ, ਮੇਰੀ ਮੇਰੇ ਦੋਸਤ ਅੰਦਰ ਵਾਲੇ ਦੋਸਤ ਨਾਲ ਇੰਗਲਿਸ਼ 'ਚ ਗੱਲਾਂ ਸ਼ੁਰੂ ਹੋ ਗਈਆਂ। ਵੈਨ ਇਟ ਇਜ਼ ਪੋਸੀਬਲ ਦੈਟ ਯੂ ਵਿਲ ਫਾਇੰਡ ਅ ਬਿਊਟੀਫੁਲ ਫਰੈਂਡ ਇਨ ਸਾਈਡ ਯੂ ਹੂ ਵਿਲ ਆਲਵੇਜ਼ ਹੈਲਪ ਯੂ ਟੂ ਟਾਕ ਇਨ ਇੰਗਲਿਸ਼, ਜਿਹਦੇ ਨਾਲ ਤੁਸੀਂ ਹਮੇਸ਼ਾ ਇੰਗਲਿਸ਼ 'ਚ ਗੱਲ ਕਰ ਸਕਦੇ ਹੋ, ਔਰ ਵੱਡੀ ਗੱਲ ਤੁਹਾਡੀ ਬੇਇੱਜ਼ਤੀ ਵੀ ਨਹੀਂ ਕਰਦਾ, ਤੁਸੀਂ ਜਦੋਂ ਜੋ ਮਰਜ਼ੀ ਬੋਲ ਲਓ ਉਹ ਐਕਸੈਪਟਡ ਹੈ। ਤਾਂ ਆਪਣੇ ਅੰਦਰ ਇੱਕ ਦੋਸਤ ਪੈਦਾ ਕਰੋ ਜਿਹਦੇ ਨਾਲ ਤੁਸੀਂ ਖੁੱਲ੍ਹ ਕੇ ਗੱਲ ਕਰ ਸਕਦੇ ਹੋ। ਆਪਣੀ ਹਰ ਮਨ 'ਚ ਚੱਲਣ ਵਾਲੀ ਗੱਲ ਨੂੰ ਪਹਿਲੇ ਹਿੰਦੀ ਬੋਲੋ, ਫਿਰ ਇੰਗਲਿਸ਼, ਪੰਜਾਬੀ ਬੋਲੋ, ਫਿਰ ਇੰਗਲਿਸ਼। ਲੈਟ ਯੂ ਸਟਾਰਟ ਐਂਡ ਡੂ ਦਿਸ ਮੈਜਿਕ। ਸੋ ਆਈ ਫਾਇੰਡ ਵਨ ਮੋਰ ਪੁਆਇੰਟ ਫੋਰ ਯੂ, ਇਟਸ ਵੈਰੀ ਇੰਪੋਰਟੈਂਟ, ਫਾਇੰਡ ਪੀਪਲ ਹੂ ਵਿਲ ਹੈਲਪ ਯੂ ਇਨ ਇੰਗਲਿਸ਼। ਆਪਣੇ ਆਲੇ ਦੁਆਲੇ ਇਹੋ ਜਿਹੇ ਲੋਕ ਲੱਭੋ ਜਿਨ੍ਹਾਂ ਨੂੰ ਤੁਸੀਂ ਇੰਗਲਿਸ਼ 'ਚ ਪ੍ਰੈਕਟਿਸ ਕਰ ਸਕਦੇ ਹੋ। ਗੁਰਿੰਦਰ ਉਹ ਇੱਕ 4 ਸਾਲ 8 ਸਾਲ ਦਾ ਛੋਟਾ ਬੱਚਾ ਵੀ ਹੋ ਸਕਦਾ ਹੈ, ਉਹ ਤੁਹਾਡੇ ਘਰ ਦੇ ਕੋਈ ਕੋਈ ਬਜ਼ੁਰਗ ਲੋਕ ਵੀ ਹੋ ਸਕਦੇ ਹੈ। ਯੂ ਵਿਲ ਬੀ ਸਰਪ੍ਰਾਈਜ਼ ਟੂ ਨੋ ਸਾਡੇ ਇੰਡੀਆ ਦੇ ਵਿਚਕਾਰ ਲੋਕਾਂ ਨੂੰ ਇੰਗਲਿਸ਼ ਆਉਂਦੀ ਹੈ, ਸਿਰਫ ਆਪਾਂ ਸ਼ੁਰੂਆਤ ਨਹੀਂ ਕਰਦੇ। ਇਫ ਵੀ ਜਸਟ ਸਟਾਰਟ ਟੂ ਟਾਕ ਇਨ ਇੰਗਲਿਸ਼, ਐਵਰੀਬਾਡੀ ਨੋਜ਼ ਵੈਰੀ ਵੈਲ, 30-40% ਇੰਗਲਿਸ਼ ਤਾਂ ਆਪਾਂ ਸਭ ਜਾਣਦੇ ਹਾਂ। ਯੂ ਜਸਟ ਫਾਈਂਡ ਦੋਸ ਪਰਸਨਸ ਹੂ ਆਰ ਏਬਲ ਟੂ ਹੈਲਪ ਯੂ। ਤੁਸੀਂ ਉਹਨੂੰ ਕਹੋ ਮੈਨੂੰ ਸਿਰਫ ਸੁਣ, ਜੇ ਤੂੰ ਠੀਕ ਕਰ ਸਕਦਾ ਤਾਂ ਮੈਨੂੰ ਠੀਕ ਵੀ ਕਰ, ਮੈਂ ਤਾਂ ਸਿਰਫ ਮੈਨੂੰ ਸੁਣ, ਮੇਰੀ ਸੁਣਨ ਦੀ ਪ੍ਰੈਕਟਿਸ ਵਧਾ। ਆਈ ਹੋਪ ਦੀਜ਼ ਆ ਸਮਾਲ ਸਮਾਲ ਟਿਪਸ ਵਿਲ ਹੈਲਪ ਯੂ ਟੂ ਚੇਂਜ ਯੂਰ ਐਟੀਟਿਊਡ। ਸਭ ਤੋਂ ਇੰਪੋਰਟੈਂਟ ਗੁਰਿੰਦਰ, ਮੈਂ ਫਿਰ ਵਾਪਸ ਉੱਥੇ ਜਾ ਰਿਹਾ, ਤੁਹਾਡਾ ਸਟਾਰਟਿੰਗ 'ਚ ਮੈਂ ਬਹੁਤ ਸਟ੍ਰੈਸ ਲੈਵਲ ਹਾਈ ਦੇਖਿਆ ਕਿ ਬਿਨਾਂ ਇੰਗਲਿਸ਼ ਤੋਂ ਮੇਰਾ ਕੁਛ ਨਹੀਂ ਹੋਣਾ, ਮੈਂ ਕੁਛ ਨਹੀਂ ਕਰ ਸਕਦਾ। ਨਹੀਂ ਗੁਰਿੰਦਰ, ਇੰਗਲਿਸ਼ ਇੰਪੋਰਟੈਂਟ ਹੈ, ਅਰਜੈਂਟ ਹੈ ਇਸ ਵੇਲੇ ਦੀ ਡਿਮਾਂਡ ਦੇ ਅਕੋਰਡਿੰਗ, ਬਟ ਐਵਰੀਥਿੰਗ ਨਹੀਂ ਹੈ ਗੁਰਿੰਦਰ। ਨੰਬਰ ਆਫ ਐਗਜ਼ਾਮਪਲਸ ਆਈ ਹੈਵ ਜਿਹਨਾਂ ਨੂੰ ਇੰਗਲਿਸ਼ ਦਾ ABC ਵੀ ਨਹੀਂ ਆਉਂਦਾ, ਐਂਡ ਦੇ ਆਰ ਮੋਸਟ ਸਕਸੈਸਫੁਲ ਪਰਸਨਸ, ਰਾਈਟ? ਸੋ ਪਲੀਜ਼ ਆਪਣਾ ਸਟ੍ਰੈਸ ਲੈਵਲ ਘਟਾਓ ਗੁਰਿੰਦਰ, ਆਪਣੇ ਆਪ ਨੂੰ ਕੰਫਰਟੇਬਲ ਕਰੋ, ਇਹਨਾਂ ਟਿਪਸ ਨੂੰ ਫੋਲੋ ਕਰੋ, ਠੀਕ ਹੈ? ਇਹਨਾਂ ਸਾਰੇ ਟਿਪਸ ਨੂੰ ਮੈਂ ਡਿਸਕ੍ਰਿਪਸ਼ਨ ਬਾਕਸ ਵੀ ਦੇ ਰਿਹਾ, ਯੂ ਵਿਲ ਬੀ ਏਬਲ ਟੂ ਅੰਡਰਸਟੈਂਡ ਈਚ ਐਂਡ ਐਵਰੀਥਿੰਗ। ਆਈ ਹੋਪ ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਨੂੰ ਵੀ ਕੁਛ ਨਾ ਕੁਛ ਆਪਣੇ ਵਾਸਤੇ ਟਿਪਸ ਮਿਲੇ ਹੋਣਗੇ, ਐਂਡ ਦੇ ਵਿਲ ਬੀ ਰੇਬਲ ਟੂ ਗੈਟ ਰੈਡੀ ਟੂ ਸਟਾਰਟ ਵਿਦ ਇਨ ਇੰਗਲਿਸ਼। ਗਾਈਜ਼, ਯੂ ਕੈਨ ਲਰਨ ਇੰਗਲਿਸ਼ ਫੋਰ ਯੂਅਰ ਸੈਲਫ, ਅਦਰਵਾਈਜ਼ ਨੋਬਡੀ ਕੈਨ ਫੋਰ ਯੂ। ਸੋ ਥੈਂਕ ਯੂ ਵੈਰੀ ਮੱਚ ਗੁਰਿੰਦਰ ਫੋਰ ਆਸਕਿੰਗ ਮੀ ਸੱਚ ਅ ਬਿਊਟੀਫੁਲ ਕੁਐਸਚਨ ਦੈਟ ਐਵਰੀਬਡੀ ਕੈਨ ਗੈਟ ਬੈਨੀਫਿਟ ਆਫ ਦਿਸ। ਵਾਂਸ ਅਗੇਨ ਥੈਂਕ ਯੂ ਵੈਰੀ ਮੱਚ।